ਬੇਸ਼ੱਕ ਸ਼ੁਭਾਂਕਰ ਇਸ ਦੁਨੀਆਂ ਵਿੱਚ ਨਹੀਂ ਰਹੇ, ਲੇਕਿਨ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਰੋਸ਼ਨੀ ਤੇ ਨਵੀਂ ਜ਼ਿੰਦਗੀ ਦੇ ਕੇ ਗਏ ਨੇ। ਸ਼ੁਭਾਂਕਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਰਜ਼ਾਮੰਦੀ ਜਤਾਈ ਤੇ ਉਹਨਾਂ ਦੇ ਆਰਗਨ ਡੋਨੇਟ ਕਰਨ ਦੀ ਹਾਮੀ ਭਰੀ। ਔਰ ਇਸੇ ਗ੍ਰੀਨ ਕੋਰੀਡੋਰ ਦੀ ਮਦਦ ਨਾਲ 8 ਮਿੰਟਾਂ ਵਿੱਚ ਦੋ ਅੱਖਾਂ ਚੰਡੀਗੜ੍ਹ PGI ਤੇ ਇੱਕ ਕਿਡਨੀ ਫੋਰਟਿਸ ਹਸਪੀਟਲ ਪਹੁੰਚਾਈ ਗਈ, ਉੱਥੇ ਮਰੀਜ਼ਾਂ ਨੂੰ ਲਗਾਈ ਗਈ। ਪੇਸ਼ੈਂਟ ਨੂੰ ਜ਼ਰੂਰਤਮੰਦ ਪੇਸ਼ੈਂਟ ਨੂੰ ਦੋ ਅੱਖਾਂ ਔਰ ਇੱਕ ਕਿਡਨੀ ਫੋਰਟਿਸ ਹਸਪੀਟਲ ਭੇਜੀ ਗਈ, ਜਿੱਥੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ। ਸਾਲ ਦੇ ਸ਼ੁਭਾਂਕਰ ਮੋਹਾਲੀ ਦੇ ਇਸੇ ਮੈਕਸ ਹਸਪੀਟਲ ਵਿੱਚ ਐਡਮਿਟ ਸੀਗੇ। ਬੇਸ਼ੱਕ ਸ਼ੁਭਾਂਕਰ ਇਸ ਦੁਨੀਆਂ ਵਿੱਚ ਨਹੀਂ ਰਹੇ, ਲੇਕਿਨ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਰੋਸ਼ਨੀ ਤੇ ਨਵੀਂ ਜ਼ਿੰਦਗੀ ਦੇ ਕੇ ਗਏ ਨੇ। ਜੀ ਹਾਂ, ਸ਼ੁਭਾਂਕਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਰਜ਼ਾਮੰਦੀ ਜਤਾਈ ਤੇ ਉਹਨਾਂ ਦੇ ਆਰਗਨ ਡੋਨੇਟ ਕਰਨ ਦੀ ਹਾਮੀ ਭਰੀ। ਔਰ ਗ੍ਰੀਨ ਕੋਰੀਡੋਰ ਬਣਾਇਆ ਗਿਆ ਔਰ ਇਸੇ ਗ੍ਰੀਨ ਕੋਰੀਡੋਰ ਦੀ ਮਦਦ ਨਾਲ 8 ਮਿੰਟਾਂ ਵਿੱਚ ਦੋ ਅੱਖਾਂ ਚੰਡੀਗੜ੍ਹ PGI ਤੇ ਇੱਕ ਕਿਡਨੀ ਫੋਰਟਿਸ ਹਸਪੀਟਲ ਪਹੁੰਚਾਈ ਗਈ, ਉੱਥੇ ਮਰੀਜ਼ਾਂ ਨੂੰ ਲਗਾਈ ਗਈ। ਮੈਕਸ ਹਸਪੀਟਲ ਵਿੱਚ ਸਾਰਾ ਓਪਰੇਸ਼ਨ ਹੋਇਆ। ਫੋਰਟਿਸ ਦੇ ਡਾਕਟਰਾਂ ਦੀ ਟੀਮ ਤੇ PGI ਦੇ ਡਾਕਟਰਾਂ ਦੀ ਟੀਮ ਆਈ ਔਰ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਗ੍ਰੀਨ ਕੋਰੀਡੋਰ ਬਣਾ ਕੇ ਪੇਸ਼ੈਂਟ ਨੂੰ, ਜ਼ਰੂਰਤਮੰਦ ਪੇਸ਼ੈਂਟ ਨੂੰ ਦੋ ਅੱਖਾਂ ਔਰ ਇੱਕ ਕਿਡਨੀ ਫੋਰਟਿਸ ਹਸਪੀਟਲ ਭੇਜੀ ਗਈ, ਜਿੱਥੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ। ਬੇਸ਼ੱਕ ਲੋਕ ਦੁਨੀਆਂ ਤੋਂ ਚਲੇ ਜਾਂਦੇ ਨੇ, ਲੇਕਿਨ ਆਪਣੇ ਪਿੱਛੇ ਨਵੀਂ ਜ਼ਿੰਦਗੀ ਵੀ ਦੇ ਕੇ ਜਾਂਦੇ ਨੇ। ਆਰਗਨ ਡੋਨੇਸ਼ਨ ਇੱਕ ਬਹੁਤ ਵੱਡਾ ਯੋਗਦਾਨ ਹੈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਖੂਨਦਾਨ, ਲੇਕਿਨ ਹੁਣ ਅੰਗਦਾਨ ਵੀ ਇੱਕ ਬਹੁਤ ਵੱਡੀ ਮੁਹਿੰਮ ਹੈ ਔਰ ਦੁਨੀਆਂ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਅੰਗਾਂ ਨਾਲ ਬਾਕੀ ਲੋਕ ਉਹ ਦੁਨੀਆਂ ਦੇਖ ਸਕਦੇ ਨੇ, ਬਾਕੀ ਲੋਕ ਆਪਣੀ ਜ਼ਿੰਦਗੀ ਨਵੇਂ ਤਰੀਕੇ ਨਾਲ ਸ਼ੁਰੂ ਕਰ ਸਕਦੇ ਨੇ ਔਰ ਇਹ ਪੋਸੀਬਲ ਹੋਇਆ ਹੈ ਸ਼ੁਭਾਂਕਰ ਦੇ ਔਰਗਨਸ ਨਾਲ। ਔਰ ਅਸੀਂ ਸਲਾਮ ਕਰਦੇ ਹਾਂ ਸ਼ੁਭਾਂਕਰ ਦੇ ਪਰਿਵਾਰ ਨੂੰ, ਜਿਨ੍ਹਾਂ ਨੇ ਇਹ ਜਜ਼ਬਾ ਦਿਖਾਇਆ ਕਿ ਬੇਸ਼ੱਕ 39 ਸਾਲ ਦੇ ਸ਼ੁਭਾਂਕਰ ਬ੍ਰੇਨ ਡੈਡ ਹੋ ਗਿਆ ਸੀ, ਕਲੌਟ ਸੀਗਾ, ਦੁਨੀਆਂ ਤੋਂ ਚਲੇ ਗਏ, ਲੇਕਿਨ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਕੇ ਗਏ ਨੇ ਔਰ ਇਹ ਸਬਕ ਸਾਰਿਆਂ ਨੂੰ ਲੈਣਾ ਵੀ ਚਾਹੀਦਾ। ਨਮਸਕਾਰ ਜੀ, ਮੇਰਾ ਨਾਮ ਡਾਕਟਰ ਜਗਦੀਸ਼ ਸੇਠੀ, ਮੈਂ ਡਾਇਰੈਕਟਰ ਕਿਡਨੀ ਟ੍ਰਾਂਸਪਲਾਂਟ ਸਰਜਰੀ ਮੈਕਸ ਹਸਪੀਟਲ ਮੇਂ ਪਿਛਲੇ 10 ਸਾਲ ਸੇ ਯਹਾਂ ਕਾਮ ਕਰ ਰਹਾ ਹੂੰ। ਔਰ ਮੈਂ ਆਪਸੇ ਇੱਕ ਕੇਸ ਡਿਸਕਸ ਕਰਨਾ ਚਾਹਤਾ ਹੂੰ। ਹਮਾਰੇ ਯਹਾਂ ਇੱਕ ਪੇਸ਼ੈਂਟ ਆਏ ਥੇ 40 ਸਾਲ ਕੇ, ਮਿਸਟਰ ਸ਼ੁਭਾਂਕਰ ਮਿੱਤਰਾ ਜੀ, 16 ਤਾਰੀਖ ਕੋ ਜਿਨਕਾ ਐਡਮਿਸ਼ਨ ਹੁਆ ਥਾ ਨਿਊਰੋ ਸਰਜਰੀ ਕੀ ਕਿਸੀ ਪ੍ਰੋਬਲਮ ਕੇ ਸਾਥ ਮੇਂ, ਐਨਿਰਿਜ਼ਮ ਥਾ ਉਨਕੇ ਦਿਮਾਗ ਮੇਂ। ਅਨਫੋਰਚੁਨੇਟਲੀ ਉਨਕੀ ਡੈਥ ਹੋ ਗਈ, ਵੋ ਬ੍ਰੇਨ ਡੈਡ ਥੇ ਪੇਸ਼ੈਂਟ, ਕਿਉਂਕਿ ਉਮਰ ਸਿਰਫ 40 ਸਾਲ ਥੀ ਔਰ ਉਨਕੋ ਕੋਈ ਪੁਰਾਣੀ ਬਿਮਾਰੀ ਨਹੀਂ ਥੀ। ਤੋ ਹਮ ਲੋਕੋ ਨੇ ਉਨਕੀ ਫੈਮਿਲੀ ਸੇ ਬਾਤ ਕੀ ਥੀ ਕਿ ਕਿਆ ਵੋ ਇਸ ਚੀਜ਼ ਕੇ ਲੀਏ ਰਾਜ਼ੀ ਹੈ ਕਿ ਆਪਣੇ ਉਨਕੇ ਔਰਗਨਸ ਕਿਸੀ ਔਰ ਪੇਸ਼ੈਂਟ ਕੋ ਡੋਨੇਟ ਕਰਤੇ ਹੋਏ ਜਾ ਸਕਤੇ ਹੈਂ। ਤੋ ਉਨਕੀ ਫੈਮਿਲੀ ਬਹੁਤ ਹੀ ਸਮਝਦਾਰ ਥੀ, ਉਨ੍ਹੋਂਨੇ ਬੜੀ ਖੁਸ਼ੀ ਖੁਸ਼ੀ ਸ਼ੁਭਾਂਕਰ ਜੀ ਕੇ ਸਾਰੇ ਔਰਗਨਸ ਡੋਨੇਟ ਕਰਨੇ ਕੇ ਲੀਏ ਪਰਮਿਸ਼ਨ ਦੀ ਥੀ। ਸੋ ਟੀਮ ਔਫ ਡਾਕਟਰਸ ਜੋ ਮੈਕਸ ਹਸਪੀਟਲ ਕੀ, ਫੋਰਟਿਸ ਹਸਪੀਟਲ ਕੀ ਔਰ PGI ਵਾਲੋਂ ਨੇ ਉਨਕੀ ਸਰਜਰੀ ਕੀ। ਉਨਕੇ ਦੋ ਕੋਰਨੀਆ ਔਰ ਦੋ ਕਿਡਨੀਸ ਫਿਟ ਪਾਈ ਗਈ ਥੀ ਦੂਸਰੇ ਲੋਕੋਂ ਕੋ ਡੋਨੇਟ ਕਰ ਦੇਣੇ ਕੇ ਲੀਏ, ਦੂਸਰੇ ਮਰੀਜ਼ੋਂ ਕੋ ਡੋਨੇਟ ਕਰ ਦੇਣੇ ਕੇ ਲੀਏ। ਔਰ ਲੀਵਰ ਪੈਨਕ੍ਰੀਅਸ ਕੀ ਵੀ ਉਨ੍ਹੋਂ ਨੇ ਪਰਮਿਸ਼ਨ ਦੀ ਥੀ, ਲੇਕਿਨ ਅਨਫੋਰਚੁਨੇਟਲੀ ਵੋ ਇਤਨੇ ਸਵਸਥ ਨਹੀਂ ਥੇ ਕਿ ਹਮ ਕਿਸੀ ਕੋ ਦੇ ਸਕੇ। ਸੋ ਜਾਤੇ ਜਾਤੇ ਵੋ ਆਪਣੀ ਦੋ ਆਂਖੇ ਔਰ ਦੋ ਕਿਡਨੀਆਂ
चार पेशेंट्स को दान कर गए हैं और चारों पेशेंट्स को वो लगा दिए गए हैं और वो चारों पूरी तरह से स्वस्थ हैं। सो वी आर वेरी थैंकफुल टू द फैमिली, हम बड़े धन्यवादी हैं उनकी पूरी फैमिली के जिन्होंने बड़ी खुशी से ये दान किया और चार लोगों की जान बचाई। और हम अपील करते हैं बाकी लोगों से भी कि वो भी ऑर्गन डोनेशन के बारे में सोचें और बहुत सारे मरीज जिनको उनकी जरूरत है उनकी हेल्प करें और उनकी जान बचाएं। धन्यवाद।